ਹਾਲੇ ਕੁਝ ਬਹੁਤੇ ਦਿਨ ਨਹੀਂ ਹੋਏ ਜਦੋਂ ਮੋਦੀ ਸਰਕਾਰ ਨੇ ਦਿੱਲੀ ਦੇ ਲਾਲ ਕਿਲੇ ਨੂੰ ਵਿਵਸਥਾ ਦੇ ਨਾਂ ਤੇ ਡਾਲਮੀਆ ਗਰੁੱਪ ਨੂੰ ਲੀਜ਼ ਤੇ ਦੇ ਦਿੱਤਾ। ਉਧਰ ਹੁਣ ਮਹਾਰਾਸ਼ਟਰਾ ਦੀ ਬੀਜੇਪੀ ਸਰਕਾਰ ਨੇ ਭਾਰਤ ਵਿੱਚ ਘੱਟ ਗਿਣਤੀਆਂ ਦੀ ਦੁਸ਼ਮਣ ਜਮਾਤ ਦੀ ਨੀਂਹ ਰੱਖਣ ਵਾਲੇ ਕੇਸ਼ਵ ਰਾਓ ਬਾਲੀਰਾਮ ਹੇਡਗਵਾਰ ਦੀ ਸਮਾਧ ਨੂੰ ਟੂਰਿਸਟ ਪਲੇਸ ਦਾ ਦਰਜਾ ਦੇ ਦਿੱਤਾ ਹੈ। ਮਤਲਬ ਸਾਫ਼ ਹੈ ਕਿ ਮੋਦੀ ਸਰਕਾਰ ਜਿੱਥੇ ਇੱਕ ਪਾਸੇ ਲਾਲ ਕਿਲੇ ਵਰਗੀ ਪ੍ਰਸਿੱਧ ਇਮਾਰਤ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਕੇ ਆਪਣੀ ਜ਼ਿੰਮੇਦਾਰੀ ਤੋਂ ਪੱਲਾ ਝਾੜ ਰਹੀ ਹੈ, ਉੱਥੇ ਦੂਜੇ ਪਾਸੇ ਆਪਣੇ ਸਮਾਜ ਵਿਰੋਧੀ ਏਜੰਡੇ ਨੂੰ ਲਾਗੂ ਕਰਨ ਦੇ ਲਈ ਹਰ ਉਹ ਚਾਲ ਚੱਲ ਰਹੀ ਹੈ ਜਿਸ ਨਾਲ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਇਆ ਜਾ ਸਕੇ। ਆਜ਼ਾਦੀ ਦੇ ਅੰਦੋਲਨ ਦੇ ਦੌਰਾਨ ਅੰਗਰੇਜ਼ਾਂ ਦੇ ਲਈ ਭਰਤੀ ਮੁਹਿੰਮ ਚਲਾਉਣ ਵਾਲੇ RSS ਨਾਲ ਜੁੜੀਆਂ ਇਮਾਰਤਾਂ ਦੇ ਰੱਖ ਰਖਾਵ ਦਾ ਜ਼ਿੰਮਾ ਹੁਣ ਮਹਾਰਾਸ਼ਟਰਾ ਸਰਕਾਰ ਨੇ ਆਪਣੇ ਮੋਢਿਆਂ ਤੇ ਚੁੱਕ ਲਿਆ। ਸੰਘ ਦੀ ਨੀਂਹ ਰੱਖਣ ਵਾਲੇ ਹੈਡਗਵਾਰ ਦੇ ਨਾਲ ਸੰਬੰਧਿਤ ਢਾਂਚੇ ਨੂੰ ਸੈਰ ਸਪਾਟਾ ਵਜੋਂ ਸਥਾਨ ਦਾ ਦਰਜਾ ਦੇਣ ਦਾ ਮਤਲਬ ਹੈ ਕਿ ਹੁਣ ਇਸ ਇਮਾਰਤ ਦਾ ਰੱਖ ਰਖਾਵ, ਵਿਵਸਥਾ, ਮੁੜ ਨਿਰਮਾਣ ਸਭ ਕੁਝ ਮਹਾਰਾਸ਼ਟਰਾ ਸਰਕਾਰ ਦੇ ਖਜ਼ਾਨੇ ਵਿੱਚ ਕੀਤਾ ਜਾਵੇਗਾ, ਮਤਲਬ ਆਮ ਲੋਕਾਂ ਦੇ ਪੈਸੇ ਦੇ ਨਾਲ। ਹੁਣ ਆਪਣੇ ਮਨਸੂਬਿਆਂ ਨੂੰ ਸਫਲ ਕਰਨ ਦੇ ਲਈ ਮਹਾਰਾਸ਼ਟਰਾ ਦੀ ਹਿੰਦੂ ਸਰਕਾਰ ਜਿੱਥੇ ਕਰੋੜਾਂ ਰੁਪਏ ਕੱਟੜਪੱਥੀ ਹਿੰਦੂਆਂ ਦੀ ਮਹਿਮਾ ਮੰਨਣ ਵਿੱਚ ਲਗਾ ਰਹੀ ਹੈ, ਪਰ ਇਹੀ ਕਰੋੜਾਂ ਰੁਪਏ ਆਰਥਿਕ ਬੋਝ ਦੇ ਚਲਦੇ ਤਿਲ ਤਿਲ ਮਲ ਰਹੇ ਵਿਚਾਰੇ ਕਿਸਾਨ ਖੁਦਕੁਸ਼ੀ ਕਰ ਰਹੇ ਕਿਸਾਨਾਂ ਨੂੰ ਦੇ ਕੇ ਉਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾ ਸਕਦਾ ਸੀ। ਇੰਨਾ ਹੀ ਨਹੀਂ, ਉੱਤਰ ਪ੍ਰਦੇਸ਼ ਦੀ ਯੋਗੀ ਨਾਥ ਸਰਕਾਰ ਵੀ ਆਪਣੇ ਅਕਾਮਾਂ ਦੀ ਮਹਿਮਾ ਦਾ ਗੁਣਗਾਣ ਪੂਰੇ ਸੂਬੇ ਤੋਂ ਕਰਵਾਉਣਾ ਲੋਚਦੀ ਹੈ। ਇਸ ਲਈ ਉਹਨਾਂ ਨੇ ਸੂਬੇ ਵਿੱਚ ਸਕੂਲਾਂ ਵਿੱਚ 6ਵੀਂ ਕਲਾਸ ਤੋਂ ਲੈ ਕੇ 8ਵੀਂ ਤੱਕ ਗੋਰਖਨਾਥ ਦੀ ਜੀਵਨੀ, ਜਨਸੰਘ ਦੇ ਨੇਤਾ ਦੀਨ ਦਿਆਲ ਉਪਾਧਿਆਇ ਅਤੇ ਸ਼ਾਮਾ ਪ੍ਰਸ਼ਾਦ ਮੁਖਰਜੀ ਦੀ ਜੀਵਨੀ ਪੜ੍ਹਾਉਣ ਦੇ ਲਈ ਕਿਹਾ ਗਿਆ। ਉਧਰ ਪੰਜਾਬ ਵਿੱਚ ਭਾਵੇਂ ਕਾਂਗਰਸ ਦੀ ਸਰਕਾਰ ਹੈ ਪਰ ਸਕੂਲਾਂ ਵਿੱਚ ਸਿੱਖ ਇਤਿਹਾਸ ਪੜ੍ਹਾਉਣ ਨੂੰ ਲੈ ਕੇ ਰੌਲਾ ਇੱਥੇ ਵੀ ਬਹੁਤ ਪੈ ਰਿਹਾ। ਕੈਪਟਨ ਸਰਕਾਰ ਦਾ ਤਰਕ ਹੈ ਕਿ ਉਹਨਾਂ ਨੇ ਸਿੱਖ ਇਤਿਹਾਸ 12ਵੀਂ ਦੀ ਕਿਤਾਬ ਵਿੱਚੋਂ ਮਨਫੀ ਨਹੀਂ ਕੀਤਾ, ਸਗੋਂ ਇਸ ਨੂੰ ਵੱਖ ਵੱਖ ਕਲਾਸਾਂ ਦੀ ਕਿਤਾਬਾਂ ਵਿੱਚ ਵੰਡ ਦਿੱਤਾ ਹੈ। ਵਿਰੋਧੀਆਂ ਵੱਲੋਂ ਕੀਤੀਆਂ ਜਾ ਰਹੀਆਂ ਤਮਾਮ ਬਿਆਨਬਾਜ਼ੀਆਂ ਦਾ ਜਵਾਬ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਨੇਤਾ ਵਿਰਸਾ ਸਿੰਘ ਵਲਟੋਆ ਵੱਲੋਂ ਇਤਿਹਾਸ ਦੀ ਕਿਤਾਬ ਵਿੱਚੋਂ ਸਿੱਖ ਗੁਰੂਆਂ ਨਾਲ ਸੰਬੰਧਿਤ ਚੈਪਟਰ ਹਟਾਉਣ ਦੇ ਲਈ RSS ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੇ ਟਿੱਪਣੀ ਕਰਦਿਆਂ ਹੋਇਆਂ ਕਿਹਾ ਕਿ ਉਹ ਵਲਟੋਆ ਦੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ। RSS ਦੇਸ਼ ਵਿਰੋਧੀ ਹੈ, ਸਿੱਖ ਵਿਰੋਧੀ ਹੈ ਅਤੇ ਪੰਜਾਬ ਵਿਰੋਧੀ ਹੈ, ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ RSS ਦੀ ਹਮਾਇਤ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਤੋਂ ਆਪਣੀ ਪਤਨੀ ਨੂੰ ਹਰਸਿਮਰਤ ਕੌਰ ਬਾਦਲ ਨੂੰ ਜੋ ਮੰਤਰੀ ਬਣਵਾਇਆ ਹੋਇਆ ਹੈ ਉਸ ਨੂੰ ਵਾਪਸ ਬੁਲਾ ਲਿਆ ਜਾਵੇ। ਇੰਨਾ ਹੀ ਨਹੀਂ, ਉਧਰ ਸਿੱਖ ਇਤਿਹਾਸ ਦੇ ਮੁੱਦੇ ਤੇ ਅਕਾਲੀ ਦਲ ਦੀ ਆਗੂ ਬੀਬੀ ਜਗੀਰ ਕੌਰ ਨੇ ਵੀ ਮੰਨ ਲਿਆ ਕਿ RSS ਵਰਗੀਆਂ ਸ਼ਕਤੀਆਂ ਹੀ ਸਿੱਖ ਵਿਰੋਧੀ ਹਨ, ਉਹ ਇਸ ਦੇ ਪਿੱਛੇ ਕੰਮ ਕਰ ਰਹੀਆਂ ਹਨ। ਬੀਬੀ ਜਗੀਰ ਕੌਰ ਨੇ ਧਮਕੀ ਭਰੇ ਲਹਿਜੇ ਵਿੱਚ ਕਿਹਾ ਕਿ ਭਾਜਪਾ ਤੇ RSS ਵਾਲੇ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ ਆ ਜਾਣ, ਨਹੀਂ ਤਾਂ ਸਿੱਖ ਕੌਮ ਉਹਨਾਂ ਦਾ ਇਲਾਜ ਕਰ ਲਵੇਗੀ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।